ਵਿਆਹ ਵਰਗੇ ਰਿਸ਼ਤੇ ਨੂੰ ਭਗਵਾਨ ਵੱਲੋਂ ਬਣਾਇਆ ਜਾਂਦਾ ਹੈ। ਅਜਿਹਾ ਇੱਕ ਰਿਸ਼ਤਾ ਦੇਖਣ ਨੂੰ ਮਿਲਿਆ ਹੈ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ, ਜਿੱਥੇ ਕਿ ਸੱਸ ਮੰਦਰ ਪਾਰ ਕਰਕੇ ਇੱਕ ਗੋਰੀ ਮੇਮ ਨੇ ਭਾਰਤੀ ਲੜਕੇ ਦੇ ਨਾਲ ਵਿਆਹ ਕਰਵਾਇਆ ਹੈ। ਅਤੇ ਹੈਰਾਨ ਕਰ ਦੇਣ ਵਾਲੀ ਗੱਲ ਤੇ ਇਹ ਹੈ ਕਿ ਜਿਹੜੇ ਲੜਕੇ ਦੇ ਨਾਲ ਗੋਰੀ ਮੇਮ ਦੇ ਵੱਲੋਂ ਵਿਆਹ ਕਰਵਾਇਆ ਗਿਆ ਹੈ, ਉਹ ਨੌਜਵਾਨ ਇੱਕ ਮਜ਼ਦੂਰ ਹੈ ਅਤੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ। ਵਿਆਹ ਦੇ ਰਿਸ਼ਤੇ 'ਚ ਬੰਨੇ ਇਹ ਪਤੀ ਪਤਨੀ, ਜਿਨ੍ਹਾਂ ਨੇ ਕਿ ਸੱਸ ਮੰਦਰ ਪਾਰ ਕਰਕੇ ਆਪਣੇ ਰਿਸ਼ਤੇ ਨੂੰ ਇੱਕ ਕੀਤਾ ਹੈ। ਦੱਸਣਯੋਗ ਹੈ ਕਿ ਲੜਕੀ ਅਮਰੀਕਾ ਦੇ ਫਾਰਗੋ ਸ਼ਹਿਰ ਦੀ ਰਹਿਣ ਵਾਲੀ ਹੈ, ਜਿਸ ਨੇ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਰਹਿਣ ਵਾਲੇ ਪਵਨ ਨਾਦ ਇੱਕ ਨੌਜਵਾਨ ਦੇ ਨਾਲ ਵਿਆਹ ਕਰਵਾਇਆ ਹੈ। ਪਵਨ ਅਤੇ ਐਮਿਲੀ ਦਾ ਪਿਆਰ ਫੇਸਬੁੱਕ ਦੇ ਜ਼ਰੀਏ ਹੋਇਆ, ਜਿਸ ਤੋਂ ਬਾਅਦ ਇਹ ਪਿਆਰ ਹੁਣ ਵਿਆਹ ਦੇ ਰਸਤੇ ਪਰਵਾਨ ਚੜਿਆ। ਆਓ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ ਨਵੇਂ ਵਿਆਹੇ ਜੋੜੇ ਦੇ ਵੱਲੋਂ ਮੀਡੀਆ ਦੇ ਨਾਲ ਕੀਤੀ ਗਈ ਖਾਸ ਗੱਲਬਾਤ। ਫੇਸਬੁੱਕ ਫਰੈਂਡ ਰਿਕੁਐਸਟ ਦਿੱਤੀ, ਮੈਂ ਉਹਨੇ ਐਕਸੈਪਟ ਕੀਤੀ, ਮੁੜ ਕੇ ਚੈਟਿੰਗ ਵਗੈਰਾ ਫੋਨ ਆਇਆ, ਚੈਟਿੰਗ ਵਗੈਰਾ ਮੈਸੇਜ ਵਗੈਰਾ ਹੁੰਦੇ ਰਹੇ, ਫਿਰ ਨੰਬਰ ਐਕਸਚੇਂਜ ਹੋਏ, ਫਿਰ ਗੱਲ ਹੁੰਦੀ ਰਹੀ। ਹਾਂਜੀ, ਅੱਛਾ, ਪਰ ਵਿਆਹ ਤੱਕ ਗੱਲ ਕਿਵੇਂ ਪਹੁੰਚ ਗਈ? ਵਿਆਹ ਤੱਕ ਹੁਣ ਮੈਨੂੰ ਤਾਂ ਖੁਦ ਨੂੰ ਸਮਝ ਨਹੀਂ ਲੱਗੀ ਜੀ, ਤੁਹਾਨੂੰ ਸਹੀ ਗੱਲ ਦੱਸਾਂ, ਜਦੋਂ ਹੋਣਾ ਹੁੰਦਾ ਨਾ ਉਹ ਤੁਹਾਨੂੰ ਵੀ ਪਤਾ, ਫਿਰ ਖੁਦ ਬ ਖੁਦ ਅਟੈਚਮੈਂਟ ਹੋ ਜਾਂਦੀ। ਓਕੇ, ਅਤੇ ਇਹ ਕਿਵੇਂ ਪਲੈਨ ਆਊਟ ਹੋਇਆ ਕਿ ਇੰਡੀਆ ਆਉਣਗੇ, ਇੱਥੇ ਆ ਕੇ ਵਿਆਹ ਕਰਨਗੇ? ਜੀ ਉਹ ਕਹਿੰਦੇ ਸੀ ਮੈਂ ਇੰਡੀਆ ਆਉਣਾ ਚਾਹੁੰਦੀ ਹਾਂ, ਅਤੇ ਮੈਂ ਕਿਹਾ ਜਦੋਂ ਮਰਜ਼ੀ ਆ ਸਕਦੇ, ਅਤੇ ਇੰਡੀਆ ਆਏ ਮੁੜ ਕੇ, ਉਸ ਤੋਂ ਬਾਅਦ ਫਿਰ ਵਿਆਹ ਦੀ ਸਲਾਹ ਬਣ ਗਈ। Everything's been fine so far. I had an awesome wedding. There were people dancing in the street. They hired a drummer, I guess, or he just showed up. It was awesome. People, when we left for the wedding, they were in the street. When we came back, they were in the street, the whole neighborhood. I've never had so much fun in my life. It's awesome. And when I met Pawan here, I've never had so much fun in my life either. I love his motorcycle. It's so much fun to zoom around. Well, we were talking a lot about the whole citizenship in America thing, and then whether we would live here or there, or whether we would speak English or Punjabi. I guess it was on a Friday. He must have liked me. He must have decided that I was okay after having been here for a week and a day only. And he said, we're getting married on Sunday. So his family threw together the whole party in 3 days. It's unusual because in America, it only takes 6 months or a year to get married. You can't get married in 3 days. So that was a lot of fun. Taramveer Gill, Special Report, Dinal, Bureau Report, TV, NRI.